ਦੋਸਤੋ ਕੀ ਹਾਲ ਚਾਲ ਹੈ? ਤੁਸੀਂ ਵੇਖਦੇ ਪਏ ਗੁਲਾਮ ਮੁਹੰਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਜੀ ਗੁਲਾਮ ਮੁਹੰਮਦ। ਜਿਵੇਂ ਕਿ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਦੂਰ ਦਰਾਜ ਦਾ ਸਫ਼ਰ ਕਰਕੇ ਇੱਕ ਅੱਛੀ ਤੇ ਬਿਹਤਰੀਨ ਵੀਡੀਓ ਲੈ ਕੇ ਆਵਾਂ। ਅੱਜ ਵੀ ਤੁਹਾਡੇ ਵਾਸਤੇ ਇੱਕ ਅੱਛੀ ਤੇ ਬਿਹਤਰੀਨ ਜਨਾਬ ਵੀਡੀਓ ਲੈ ਕੇ ਆਇਆ ਮੱਝ ਦੀ ਵੀਡੀਓ ਜਨਾਬ। ਵੀਡੀਓ ਵੇਖਣ ਤੋਂ ਪਹਿਲੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਹੀ ਇੱਕ ਘੰਟੀ ਦੇ ਬਟਨ ਦਬਾਉਣਾ ਹੈ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਬਿਲਾਂ ਤੀਕਰ ਬਆਸਾਨੀ ਪਹੁੰਚੇ। ਸਾਡਾ ਰਾਬਤਾ ਨੰਬਰ ਹੈ 0348067688। ਇਹੀ ਸਾਡਾ ਵਟਸਐਪ ਨੰਬਰ, ਇਹੀ ਸਾਡਾ ਈਮੋ ਨੰਬਰ। ਕੈਮਰਾਮੈਨ ਕਰਾਵੇਗਾ ਤਸੱਲੀ। ਮਾਸ਼ਾਅੱਲਾ ਥੱਬੇ ਪਰਦੇ ਦਾ ਵਾਨਾ, ਮੁੱਠ ਮੁੱਠ ਥਾਨ ਲੱਗੇ ਨੇ, ਗਿੱਟ ਗਿੱਟ ਦੇ ਵਿਰਲਾਂ ਨੇ, ਕਾਠਾਂ 'ਚ ਸਿੰਘ ਮੋੜੇ ਨੇ, ਚਿੱਠੀਆਂ ਛੁਪਾਏ ਅੱਖਾਂ ਨੇ, ਬਿਲਕੁਲ ਬਰੀਕ ਚਮੜੀ ਹੈ, ਕਾਲੀ ਸ਼ਾਹ ਚਮੜੀ ਜਨਾਬ, ਧਾਗੇ ਵਰੰਗ ਤਰ੍ਹਾਂ ਬਿਲਕੁਲ ਬਰੀਕ ਸੋਹਣੇ ਥਾਨ। ਮਾਸ਼ਾਅੱਲਾ ਮੁੱਠ ਮੁੱਠ ਥਾਨ ਨੇ, ਗਿੱਟ ਗਿੱਟ ਦੇ ਵਿਰਲਾਂ ਨੇ। ਹਰ ਚੀਜ਼ ਕੈਮਰੇ ਨਜ਼ਰ 'ਚ ਲਿਆਵਾਂਗੇ ਤਾਂ ਕਿ ਆਪਣੇ ਬੇਲੀਆਂ ਯਾਰਾਂ ਨੂੰ ਜਨਾਬ ਹਰ ਚੀਜ਼ ਨਜ਼ਰ ਆਵੇ। ਇਹਦੀ ਬਿਲਕੁਲ ਬਰੀਕ ਚਮੜੀ ਹੈ, ਕਾਲੀ ਸ਼ਾਹ ਚਮੜੀ ਜਨਾਬ, ਪਿਓਰ ਨੀਲੀ ਦੀ ਮਾਸ਼ਾਅੱਲਾ ਮੱਝ ਹੈ। ਪੁੱਠੇ ਕੁੱਡੇ ਢਾਕਾਂ ਬੜੀਆਂ ਸੋਹਣੀਆਂ ਨੇ ਮਾਸ਼ਾਅੱਲਾ। ਇੱਕ ਹੱਡੀ ਜਨਾਬ ਕੈਮਰੇ ਨਜ਼ਰ 'ਚ ਹੈ, ਕੈਮਰਾਮੈਨ ਹਰ ਚੀਜ਼ ਤਸੱਲੀ ਕਰਵਾਵਾਂਗੇ। ਬਾਕੀ ਜੋ ਡਿਟੇਲ ਹੋਏਗੀ ਚਾਚੇ ਜੀ ਆਪਣੇ ਕੋਲ ਹੀ ਨਹੀਂ ਜਨਾਬ, ਇਹਨਾਂ ਦੀ ਜ਼ਬਾਨੀ ਪੁੱਛਾਂਗੇ। ਚਾਚਾ ਨੇ ਟੋਰੇ ਨੇ ਮਾਰਿਆ, ਚਾਚੇ ਜੀ ਜਨਾਬ ਟੋਰ ਕੇ ਵਿਖਾਉਣਗੇ। ਹਵਾਨਾ ਮਾਸ਼ਾਅੱਲਾ ਲੱਤਾਂ ਤੋਂ ਜਨਾਬ ਇੱਕ ਇੱਕ ਫੁੱਟ ਬਾਹਰ ਹੈ, ਕੈਮਰੇ ਨਜ਼ਰ 'ਚ ਹੈ, ਕੋਈ ਚੀਜ਼ ਐਸੀ ਨਹੀਂ ਜਿਹੜੀ ਕੈਮਰੇ ਨਾ ਹੋਵੇਗੀ। ਟਾਕਾਂ ਪੁੱਠੇ ਮਾਸ਼ਾਅੱਲਾ ਛੋਟੇ ਛੋਟੇ ਖੁੱਡੇ, ਛੋਟਾ ਜਿਹਾ ਖੁੱਡਾ ਇਹਦਾ ਜਨਾਬ। ਚਾਚਾ ਜੀ ਟੋਰੋ ਨੇ ਮਾੜਾ ਜਿਹਾ, ਚਾਚੇ ਨੇ ਟੋਰ ਕੇ ਹੀ ਲੈ ਕੇ ਜਾਓ, ਵਿਖਾਓ ਜਰਾ ਸਾਨੂੰ। ਮਾਸ਼ਾਅੱਲਾ ਚਿੱਠੀਆਂ ਛਪਾਇਆ ਅੱਖਾਂ, ਫਿਰਦੀ ਫਿਰਦੀ ਵਿਖਾਵਾਂਗੇ ਆਪਣੇ ਬੇਲੀਆਂ ਯਾਰਾਂ ਨੂੰ ਜਨਾਬ। ਇਹਦੇ ਪੈਰ ਵੇਖਣ ਜਨਾਬ, ਪੈਰ 'ਚ ਕੰਡਾ ਛੰਡਾ ਤਾਂ ਨਹੀਂ, ਕੈਮਰਾਮੈਨ ਤਸੱਲੀ ਕਰਵਾਵੇਗਾ ਜਨਾਬ। ਪੈਰ ਇਹਦੇ ਲਿਆਵੇਗਾ, ਇਸ਼ਾਰਾ ਖੱਬੇ ਪਰਦੇ ਦਾ ਵਾਨਾ ਮਾਸ਼ਾਅੱਲਾ, ਮੁੱਠ ਮੁੱਠ ਥਾਣ ਲੱਗੇ ਨੇ। ਚਾਚਾ ਮੋੜ ਕੇ ਲਿਆ, ਬੰਨ ਦੇ ਮੋੜ ਲੈ, ਮੋੜ ਲੈ ਆ ਜਾ। ਹਰ ਚੀਜ਼ ਨਾਲ ਕੈਮਰੇ ਨਜ਼ਰ 'ਚ, ਕੋਈ ਚੀਜ਼ ਐਸੀ ਨਹੀਂ ਜਿਹੜੀ ਕੈਮਰੇ 'ਚ ਬਾਹਰ ਹੋਵੇਗੀ। ਕੱਦ ਕਾਠ ਮਾਸ਼ਾਅੱਲਾ ਬੜਾ ਉੱਚੀ ਅਤੇ ਲੰਮੀ ਜਨਾਬ, ਹਰ ਚੀਜ਼ ਕੈਮਰੇ 'ਚ। ਬੰਦ ਚਾਚਾ ਤੇ ਆ ਜਾ ਸਾਡੇ ਕੋਲ, ਮਾਸ਼ਾਅੱਲਾ ਲੱਤਾਂ ਤੋਂ ਜਨਾਬ ਹਵਾਨਾ ਇਹਦਾ, ਇੱਕ ਫੁੱਟ ਬਾਹਰ ਹੈ, ਕੈਮਰੇ 'ਚ ਹਰ ਚੀਜ਼ ਕੈਮਰੇ ਨਜ਼ਰ 'ਚ ਹੈ। ਇਹ ਕਿਨਵਾਸ ਹੋਇਆ ਜਨਾਬ, ਸਾਰੀ ਗੱਲਬਾਤ ਕਰਾਂਗੇ ਆਪਾਂ ਚਾਚੇ ਨਾਲ। ਬਸ ਚਾਚਾ ਆ ਜਾ, ਇਹਦਾ ਕੱਟਾ ਵਿਖਾਓ ਜਨਾਬ, ਇਹਦਾ ਬੱਚਾ ਕੱਟੀ ਜਾਂ ਕੱਟਾ ਹੈ, ਇਹ ਜਨਾਬ ਇਹਦਾ ਕੱਟਾ ਹੈ। ਮਾਸ਼ਾਅੱਲਾ ਕਾਲਾ ਸ਼ਾਹ ਹੈ, ਬੜਾ ਸੋਹਣਾ ਮਾਸ਼ਾਅੱਲਾ, ਉੱਚਾ ਅਤੇ ਲੰਮਾ ਕੱਦ ਕਾਠ, ਪਿਛਲੇ ਪੈਰ ਦੋਵੇਂ ਧੋਤੇ ਨੇ ਜਨਾਬ, ਚਿੱਟੀ ਪੂਛਲ ਹੈ, ਸਫੈਦ ਅੱਖਾਂ ਨੇ, ਹਰ ਚੀਜ਼ ਕੈਮਰੇ ਨਜ਼ਰ 'ਚ ਹੈ। ਚਾਚਾ ਜੀ ਆਓ ਖਾਂ, ਚਾਚਾ ਜੀ ਇੱਧਰ ਆਓ। ਹਾਂਜੀ, ਅਸਲਾਮ ਅਲੈਕਮ। ਵਾਲੇਕੁਮ ਸਲਾਮ। ਚਾਚਾ ਜੀ ਕੀ ਹਾਲ ਚਾਲ ਹੈ? ਠੀਕ ਠਾਕ, ਤੁਸੀਂ ਸੁਣਾਓ? ਤੇਰਾ ਨਾਂ ਕੀ ਹੈ ਚਾਚਾ? ਨਜ਼ੀਰ। ਨਜ਼ੀਰ, ਚਾਚਾ ਨਜ਼ੀਰ ਹੈ, ਥੋੜ੍ਹੀ ਉੱਚੀ ਆਵਾਜ਼ ਰੱਖਣੀ ਹੈ। ਅੱਛਾ ਜੀ, ਆਈ ਸਮਝ ਤੁਹਾਡੀ ਰਿਕਾਰਡਿੰਗ ਵੀ ਸਾਨੂੰ ਚਾਹੀਦੀ ਹੁੰਦੀ ਹੈ। ਇਹ ਜਿਹੜੀ ਮੱਝ ਵਿਖਾਈ ਜਾਂਦੇ ਹਾਂ, ਇਹ ਤੁਹਾਡੀ ਕਰਦੀ ਹੈ? ਕਰਦੀ ਮੱਝ ਯਾਰ ਸਾਡੀ, ਸਾਂਭੀ ਤੀਸਰਾ ਸੂਆ ਸੂਈ ਖੜੀ ਹੈ। ਅੱਛਾ, ਤੀਸਰਾ ਸੂਆ ਸੂਈ ਖੜੀ ਹੈ। ਹਾਂ, ਹੁਣ ਤੀਸਰਾ ਸੂਆ ਸੂਈ ਹੈ? ਹੁਣ ਤੀਸਰਾ ਸੂਈ ਹੈ। ਅੱਛਾ, ਇਹ ਹੈ ਕਿਹੜੇ ਇਲਾਕੇ ਦੀ ਹੈ? ਇਹ ਪਾਕਪਤਨ ਦੇ ਇਲਾਕੇ ਦੀ ਹੈ। ਪਾਕਪਤਨ ਯਾਨੀ ਕਿ ਨੀਲੀ ਦੇ ਇਲਾਕੇ? ਨੀਲੀ ਦੇ ਇਲਾਕੇ ਦੀ। ਠੀਕ ਹੈ, ਪੱਕੀ ਪੱਕੀ ਨਿਸ਼ਾਨੀ ਯਾਰ, ਮੱਝ ਦੀਆਂ ਹੱਡੀਆਂ ਦੇਖ ਲਾ, ਪਿੰਡਾ ਵੇਖ ਲਾ, ਕਾਗਤਾਰ ਕਾ। ਅੱਛਾ, ਤੇ ਹੈ ਬਰੀਕ? ਬਿਲਕੁਲ ਬਿਲਕੁਲ, ਆ ਤੁਹਾਨੂੰ ਵੀ ਦੇ ਦੀ ਆ ਬਰੀਕ, ਨਹੀਂ ਬਰੀਕ ਇਹ ਧਾਗੇ ਵਾਂਗੂ ਹੈ, ਧਾਗੇ ਵਰਗੀ ਹੈ। ਠੀਕ ਹੋ ਗਿਆ, ਤੇ ਇਹਦੇ ਥਣਾਂ ਵਿੱਚ ਫੁਹਾਰ ਛੱਟਾ?
ਕੋਈ ਬੁਹਾਰ ਨਹੀਂ ਛੱਡਾ ਨਹੀਂ ਬਾਕੀ ਤੁਸੀਂ ਚੋ ਵੀ ਲੈਣੀ ਆ ਇਹਦੇ ਚ ਕੋਈ ਰੌਲਾ ਚੋਵਾਂਗੇ ਲੇਕਿਨ ਤੁਹਾਡੇ ਜ਼ਬਾਨੀ ਗੱਲੀ ਕਰੋ ਆਪਦੀ ਚੰਗੀ ਲੱਗੇ ਤੇ ਠੀਕ ਆ ਨਾ ਚੰਗੀ ਲੱਗੇ ਤਾਂ ਵੀ ਠੀਕ ਆ ਸਾਨੂੰ ਤਾਂ ਮਜਬੂਰੀ ਆ ਅਸੀਂ ਵੇਚਣੀ ਆ ਕੀ ਕਰੀਏ ਨਹੀਂ ਸਰਦਾ ਠੀਕ ਹੋ ਗਿਆ ਯਾਨੀ ਕਿ ਪਿਓਰ ਨੀਲੀ ਦੀ ਹੈ ਬਰੀਕ ਚਮੜੀ ਦੀ ਹੈ ਤੀਜਾ ਸੂਆ ਸੂਈ ਹੈ ਮਗਰ ਇਹਦੇ ਕੱਟਾ ਹੈ ਮਗਰ ਕੱਟਾ ਠੀਕ ਹੈ ਇਹਦਾ ਹੁਣ ਪਿਆਰ ਮੁਹੱਬਤ ਵਾਲੇ ਮੁੱਲ ਕਰਨੇ ਜੇ ਅਸੀਂ ਆਮ ਬੰਦੇ ਦੇ ਤਾਂ 50 ਮੰਗਦੇ ਆ ਦਾ 2 ਲੱਖ ਠੀਕ ਹੋ ਗਿਆ ਤੁਹਾਡੇ ਵਾਸਤੇ ਪਿਆਰ ਮੁਹੱਬਤ 40,000 ਦੀ ਸਾਡੇ ਵਾਸਤੇ ਯਾਨੀ ਕਿ ਤੁਸੀਂ 10,000 ਰੁਪਇਆ ਸਾਡੀ ਆਮਦ ਦੀ ਕਦਰ ਕੀਤੀ ਹੈ ਕਦਰ ਕੀਤੀ ਹੈ ਤੇ ਇਹ 2 ਲੱਖ ਤੇ 40,000 ਰੁਪਇਆ ਚ ਇਹ ਹੁਣ ਤੁਸੀਂ ਸਾਡੇ ਆਵਾਂ ਦੀ ਮਾਸ਼ਾਅੱਲਾ ਕਦਰ ਕੀਤੀ 10,000 ਰੁਪਏ ਤੇ 2,40,000 ਰੁਪਏ 2,40,000 ਜੇ ਕੋਈ ਆਪਣਾ ਬੇਲੀ ਸੱਜਣ ਲਵੇਗਾ ਕਿਰਾਏ ਭਾੜੇ ਚ ਆਪਾਂ ਨੂੰ ਫਿਰ ਵੀ ਕਰਨੀ ਪੈਂਦੀ ਪਿਆਰ ਮੁਹੱਬਤ ਕਰਨੀ ਕੀ ਕਰੀਏ ਫਿਰ ਤਰਲਾ ਤਾਂ ਮਾਰਨਾ ਪੈਂਦਾ ਪਰ ਹੁਣ ਐਡਾ ਤਰਲਾ ਵੀ ਨਹੀਂਗਾ ਇਹ ਹੁਣ ਮਾਝੀ ਜਿਹੜੀ ਮਾਸ਼ਾਅੱਲਾ ਤੁਹਾਡੀ ਵਿਖਾਈ ਹੈ ਬੜੀ ਸੋਹਣੀ ਹੈ ਖਣਾ ਮਣਾ ਤੁਸੀਂ ਗਰੰਟੀ ਦਿੰਦੇ ਪਏ ਜੋ ਖਣਾ ਦੀ ਗਰੰਟੀ ਪੱਕੀ ਦਿਓ ਤੇ ਦੱਸੋ ਪੱਕਾ ਝੱਗ ਤੋਂ ਬਗੈਰ ਕਿੰਨਾ ਚਾਹੁੰਦੇ ਪਏ ਜੋ ਬਗੈਰ ਠੰਡਾ ਦੋ ਤਾਂ ਹੁਣ ਮਾਝ 8-9 ਕਿਲੋ ਕਰੀ ਜਾਂਦੀ ਹੈ ਤਸੱਲੀ ਕਰੋ ਆਪਦੀ ਚੌਕੇ ਠੀਕ ਹੈ ਤੇ ਬਰੀਕ ਮਾਝ ਹੱਡੀਆਂ ਵੇਖ ਲਾ ਮਾਝ ਦੀਆਂ ਅੱਖਾਂ ਦੀ ਬਿੱਲੀ ਆ ਮਾਝ ਚਿੱਟੀਆਂ ਅੱਖਾਂ ਦਿਸੀ ਜਾਂਦੀਆਂ ਹਰ ਬੰਦੇ ਨੂੰ ਜਾਂਦੀ ਸਾਨੂੰ ਦਿਸੀ ਜਾਂਦੀ ਅੱਗੇ ਗਾਂ ਤੁਸੀਂ ਆਪਦੇ ਤੇ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ ਸੂਈ ਨੂੰ ਅੱਜ 7 ਦਿਨ ਲਾ ਲਾ ਇੱਧਰ ਦੱਸ ਇੱਧਰ ਵਿੱਚ ਆਏ ਤੇ ਤੇਰੀ ਵੀਡੀਓ ਬਣ ਗਈ ਕਿੰਨੇ ਦਿਨ ਹੋ ਗਏ 8 ਦਿਨ ਲਾ ਲਾ 8 ਦਿਨਾਂ ਦੀ ਸੂਈ ਆ 8 ਦਿਨਾਂ ਦੀ ਸੂਈ ਤੇ ਦੁੱਧ ਕਿੰਨਾ ਹੈ ਦੁੱਧ ਹੋਣੇ ਇਹਦੇ ਕੋਲੇ 8-9 ਕਿਲੋ 8 ਤੇ ਛਿਲੇ ਤੋਂ ਬਾਅਦ ਛਿਲੇ ਤੋਂ ਬਾਅਦ 14-15 ਕਿਲੋ ਦੁੱਧ ਮਾਝ ਨਾ ਦੇਵੇ ਤੇ ਕਈ ਮੈਲ ਬੋਲ ਤੇ ਸੱਟ ਲਵੇ ਮਾਝ ਅੱਛਾ ਮੈਲ ਸੱਟਣ ਤੋਂ ਬਾਅਦ ਹਾਂ ਚੱਲ ਆ ਜਾ ਚੱਲ ਅਜੇ ਤਾਂ ਸਾਫ਼ ਹੀ ਨਹੀਂ ਹੋਈ ਮਾਝ ਲਓ ਜਨਾਬ ਹਰ ਚੀਜ਼ ਡਿਟੇਲ ਲੈ ਕੇ ਦਿੱਤੀ ਜਨਾਬ 7-8 ਦਿਨ ਦੀ ਸੂਈ ਹੈ ਮਗਰ ਇਹਦੇ ਕੱਟਾ 2,40,000 ਰੁਪਏ ਪਿਆਰ ਮੁਹੱਬਤ ਵਿੱਚ ਜੋ ਤੇ ਦੁੱਧ ਮੌਕੇ ਤੇ ਜਿਹੜਾ ਜਨਾਬ ਇਹਦਾ 10 ਕਿਲੋ 2 ਟਾਈਮ ਦਾ ਤੇ ਬਾਅਦ ਵਿੱਚ ਜਨਾਬ ਜਿਹੜਾ 15 ਕਿਲੋ ਕਰੇ ਦੀ ਸਾਡੀ ਅਕੀਏ ਤੋਂ ਜਨਾਬ ਬਾਅਦ ਜਿਹੜੀ ਇਨਸ਼ਾਅੱਲਾ 15 ਲੀਟਰ ਦੁੱਧ ਕਰੇ ਦੀ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦੇ ਬਟਨ ਦਬਾਉਣਾ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਬਾਸਾਨੀ ਪਹੁੰਚੇ ਸਾਡਾ ਰਾਬਤਾ ਨੰਬਰ 0348-0768-88 ਹੁਣ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਚੱਲਾਂ ਨਿਗੇ ਬਾਨ ਪਾਕਿਸਤਾਨ ਜ਼ਿੰਦਾਬਾਦ।